लगे Asaar.
ਗਿਆਨ ਸਾਨੂੰ ਝੋਲੀ ਚ ਦੇ ਰਹੇ ਨੇ। ਕਹਿੰਦੇ ਜਿਹੜਾ ਹਾੜ ਦਾ ਮਹੀਨਾ ਹੈ ਆ ਹੁਣ ਜਿਹੜਾ ਸ਼ੁਰੂ ਹੋਇਆ ਤਪਸ਼ ਵਾਲਾ ਮਹੀਨਾ ਹੈ, ਤਪਸ਼ ਵਾਲਾ ਕਹਿੰਦੇ ਭਾਈ ਬਾਹਰਲੀ ਗਰਮੀ ਨੇ ਤਨ ਨੂੰ ਸਾੜਨਾ ਹੈ, ਧਿਆਨ ਦੇਣ ਬਾਹਰਲੀ ਗਰਮੀ ਨੇ ਤਨ ਨੂੰ ਸਾੜਨਾ। ਕਈ ਵਾਰੀ ਵੇਖਿਆ ਗਿਆ ਜਿਨ੍ਹਾਂ ਦੇ ਮਨ ਠੰਡੇ ਹੁੰਦੇ ਨੇ, ਮਨ ਦੇ ਚ ਨਾਮ ਟਿੱਕਿਆ ਹੁੰਦਾ, ਨਾਮ ਦੀ ਅੰਦਰ ਸ਼ੀਤਲਤਾ ਹੀ ਹੁੰਦੀ, ਆ ਜੇਠ ਹਾੜ ਦੇ ਮਹੀਨੇ ਵੀ ਉਹਨਾਂ ਨੂੰ ਤਪਾ ਨਹੀਂ ਸਕਦੇ। ਆਖੋ ਸਤਨਾਮ ਤੱਤੀ ਤਵੀ ਨੇ ਕੀ ਤਪਾਤਾ ਸੀ ਸਾਹਿਬਾਂ, ਦੱਸੋ ਤੱਤੀ ਦੇਗ ਨੇ ਕੀ ਤਪਾਤਾ ਸੀ, ਆਹੀ ਮਹੀਨੇ ਸਨ ਜੇਠ ਹਾੜ ਦੇ ਮਹੀਨੇ ਤਪਾਤਾ। ਸਾਹਿਬ ਕਹਿੰਦੇ ਤਨ ਨੂੰ ਤਪਾਉਂਦਾ ਹੈ ਇਹ ਬਾਹਰਲੀ ਗਰਮੀ, ਤਪਾਉਂਦੀ ਹੈ ਬਾਹਰਲੀ ਗਰਮੀ, ਪਰ ਕਹਿੰਦੇ ਇਸ ਜੇਠ ਹਾੜ ਦੇ ਮਹੀਨੇ ਦੇ ਵਿੱਚ, ਧਿਆਨ ਦੇਣ ਇਸ ਹਾੜ ਦੇ ਮਹੀਨੇ ਦੇ ਵਿੱਚ ਜਿਹੜੇ ਨਾਮ ਨਹੀਂ ਜਪਦੇ, ਭਜਨ ਨਹੀਂ ਕਰਦੇ, ਕਹਿੰਦੇ ਸੱਚ ਇਹ ਹੈ ਬਾਹਰੋਂ ਵੀ ਤਪਦੇ ਨੇ ਤੇ ਅੰਦਰੋਂ ਵੀ ਖਪਦੇ ਰਹਿੰਦੇ ਨੇ। ਆਖੋ ਸਤਨਾਮ ਖਪਦੇ ਰਹਿੰਦੇ। ਦਾਸ ਨੇ ਪਿਛਲੇ ਮਹੀਨੇ ਵੀ ਅਰਜ਼ ਕੀਤੀ ਸੀ, 12 ਦੇ 12 ਮਹੀਨੇ ਸਤਸੰਗ ਤੁਸੀਂ ਪੜ੍ਹ ਕੇ ਵੇਖੋ, ਸਾਹਿਬ ਨੇ ਇਹੀ ਸਮਝਾਉਣਾ ਕੀਤਾ ਹੈ ਕਿ ਹਰ ਮਹੀਨੇ ਤੈਨੂੰ ਨਾਮ ਦਾ ਸੰਗ, ਭਜਨ ਦਾ ਸੰਗ ਕਰਨਾ ਪਏਗਾ। ਆਖੋ ਸਤਨਾਮ ਕਰਨਾ ਪਏ, ਹਰ ਮਹੀਨੇ ਨਾਮ ਦੀ ਮਹਿਮਾ ਹੈ ਤੇ ਆ ਇਸ ਮਹੀਨੇ ਤਾਂ ਸਤਸੰਗ ਬਿਲਕੁਲ ਸਪਸ਼ਟ ਕਰ ਦਿੱਤਾ। ਕਹਿੰਦੇ ਅਸਾੜ ਤਪੰਦਾ ਤਿਸ ਲਗੈ ਹਰਨਾਉ ਨਾ ਜਿੰਨਾ ਪਾਸ, ਜਿਹਦੇ ਕੋਲ ਨਾਮ ਨਹੀਂ, ਭਜਨ ਨਹੀਂ, ਸਿਮਰਨ ਨਹੀਂ, ਤੁਸੀਂ ਵੇਖਣਾ ਕਲਪਦੇ ਰਹਿੰਦੇ, ਸੜਦੇ ਰਹਿੰਦੇ। ਜਿਹੜੇ ਅੰਮ੍ਰਿਤ ਵੇਲੇ ਉੱਠਣ ਵਾਲੇ ਨੇ ਉਹਨਾਂ ਨੂੰ ਪਤਾ ਹੋਏਗਾ, ਉਹ ਇੱਕ ਦਿਨ ਅੰਮ੍ਰਿਤ ਵੇਲੇ ਨਾ ਉੱਠਣ, ਕਹਿੰਦੇ ਤੁਹਾਡੇ ਨਾਲ ਹੁੰਦਾ ਹੋਏਗਾ, ਇੱਕ ਦਿਨ ਅੰਮ੍ਰਿਤ ਵੇਲੇ ਨਾ ਉੱਠਣ, ਸਾਰਾ ਦਿਨ ਕਲਪਦੇ ਰਹਿੰਦੇ ਨੇ। ਆਖੋ ਸਤਨਾਮ, ਸਾਰਾ ਦਿਨ ਅੰਦਰ ਹਰਚਲ ਮਚੀ ਰਹਿੰਦੀ, ਸੜੇ ਰਹਿੰਦੇ ਨੇ। ਦੇਖੋ ਕਿਤਨਾ ਸੰਪਰਕ ਹੈ, ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰ ਲਿਆ, ਸਾਰਾ ਦਿਨ ਠੰਡਾ, ਸਾਰਾ ਦਿਨ ਖੇੜੇ ਚ, ਇੱਕ ਅਨੋਖੀ ਜੀ ਮਸਤੀ ਹੁੰਦੀ ਹੈ, ਇਹ ਸੱਚਾਈ ਹੈ। ਜਿਹੜੇ ਅੰਮ੍ਰਿਤ ਵੇਲੇ ਜਾਗਣ ਵਾਲੇ ਨੇ ਉਹਨਾਂ ਨੂੰ ਪਤਾ ਹੈ, ਉਹ ਗਿਆਨ ਰੱਖਦੇ ਨੇ ਇਸ ਚੀਜ਼ ਦਾ। ਕਈ ਵਾਰੀ ਦਾਸ ਨੂੰ ਕਈ ਸਰੀਰ ਕਹਿੰਦੇ, ਕਹਿੰਦੇ ਜਿਸ ਦਿਨ ਕਹਿੰਦੇ ਵੀਰ ਜੀ ਅੰਮ੍ਰਿਤ ਵੇਲਾ ਛੁੱਟ ਜਾਂਦਾ, ਸਾਰਾ ਦਿਨ ਕਹਿੰਦੇ ਕਲਪ ਦਾ ਬਤੀਤ ਹੁੰਦਾ, ਮਨ ਚ ਪਛਤਾਵਾ ਹੁੰਦਾ, ਅੱਜ ਅੰਮ੍ਰਿਤ ਵੇਲਾ ਰਹਿ ਗਿਆ, ਅੱਜ ਉਹ ਸੁਹਾਵਣੀਆਂ ਘੜੀਆਂ ਰਹਿ ਗਈਆਂ, ਨਾਮ ਨਹੀਂ ਤੇ ਅੰਦਰ ਕਲਪਨਾ ਆ ਗਈ, ਨਾਮ ਸੀ ਤੇ ਅੰਦਰ ਹਰਿਆਵਲ ਸੀ, ਖੇੜਾ ਸੀ। ਆਖੋ ਸਤਨਾਮ। ਅਸਾੜ ਤਪੰਦਾ ਤਿਸ ਲਗੈ, ਕਹਿੰਦੇ ਹਰਨਾਉ ਨਾ ਜਿੰਨਾ ਪਾਸ। ਦੇਖੀ ਆ ਇਸ ਮਹੀਨੇ ਵਿੱਚ ਹੀ ਨਹੀਂ, ਇਸ ਮਹੀਨੇ ਵਿੱਚ ਹੀ ਨਹੀਂ, ਕਿਸੇ ਵੀ ਮਹੀਨੇ, ਅਗਰ ਕਿਸੇ ਵੀ ਮਹੀਨੇ ਤੈਨੂੰ ਨਾਮ ਚੇਤੇ ਨਹੀਂ ਆਇਆ, ਤੂੰ ਨਾਮ ਦਾ ਸੰਗ ਨਹੀਂ ਕੀਤਾ, ਤੂੰ ਭਜਨ ਨਹੀਂ ਕੀਤਾ, ਸਮਝ ਲਈ ਤੇਰੇ ਵਾਸਤੇ ਅਸਾੜ ਹੀ ਹੈ। ਆਖੋ ਸਤਨਾਮ, ਤੇਰੇ ਵਾਸਤੇ ਅਸਾੜ ਹੀ ਤੇ ਅਸਾੜ ਨਿੱਤ ਪਾਣਾ। ਸਾਵਣ ਦਾ ਮਹੀਨਾ ਵੀ ਆ ਗਿਆ ਸੱਜਣਾ, ਜੇ ਤੂੰ ਨਾਮ ਨਹੀਂ ਜਪਿਆ, ਬਾਹਰ ਹਰਿਆਵਲ ਹੈ, ਬਾਹਰ ਹਰਿਆ ਭਰਿਆ ਹੈ, ਬਨਸਪਤੀ ਖਿੜੀ ਹੋਈ ਹੈ, ਜੇ ਤੂੰ ਨਾਮ ਨਹੀਂ ਜਪਿਆ ਤੇਰੇ ਅੰਦਰ ਹਾੜ ਹੀ ਚੱਲਦਾ ਰਹੇਗਾ। ਆਖੋ ਸਤਨਾਮ, ਤੇਰੇ ਅੰਦਰ ਅਸਾੜ ਦਾ ਮਹੀਨਾ ਹੀ ਚੱਲਦਾ ਰਹੇ, ਸੰਪਰਕ ਹੈ, ਮੁਰਝਾਇਆ ਰਹੇਗਾ, ਕਲਪਿਆ ਰਹੇਗਾ, ਖਿਜਿਆ ਰਹੇਗਾ, ਪੂਰੇ ਸ਼ਬਦ ਦੇ ਵਿੱਚ ਸਾਹਿਬ ਨੇ ਸਾਨੂੰ ਮੋਢਿਆਂ ਤੋਂ ਵਗੜ ਕੇ ਹਿਲਾ ਕੇ ਸਮਝਾਇਆ ਹੈ। ਕਹਿੰਦੇ ਉਹ ਭੋਲਿਆ ਜਾਗ ਜਾਗ, ਸਾਹਿਬ ਕਹਿੰਦੇ ਮੈਂ ਇਹ ਨਹੀਂ ਚਾਹੁੰਦਾ
तेरे अंदर दी अवस्था दे वेच हाड़ दा महीना चले ओ तेरे अंदर दी अवस्था खेड़ी रवे आखो सतनाम साहिब कुछ प्रमाण देंदे ने जी किवें कहिंदे असाड़ तपंदा तिस लगे हर नाउ ना जिन्ना पास असाड़ तपंदा तिस लगे हर हर बिन जियो चल बल जाओ 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 अजियो अंदरली गल हो रही है कहंदा हरी नाम तो बिना जियो चल बल जाता सड़ जाता खेड़े सुक जाते हैं मुरझा जाता अंदरला खेड़ा जदों हरी दा नाम अंदर नहीं जाता तो सतना हर बिन जियो चल बल जाओ हर बिन जियो चल बल जाओ मैं अपना गुर पुछ देखे आ मैं अपना गुर पुछ देखे आ मैं अपना गुर पुछ देखे आ जमपुर बादो ले सजाही बिन नावे जियो चल बल जाई बिन नावे जियो चल बल जाई जमपुर बादो ले सजाई जमपुर बादो ले सजाई किंदे सजा जमपुर कहते बन के लेके जाया जाएगा सजा ही थी कहते वेख जे इथे सड़िया रहेगा उथे भी साड़िया जाएगा सतना जे इथे खिड़िया रहेगा इथे खिड़िया रहेगा नाम का संग करके भजन का संग करके नेक शुभ कर्म का संग करके ते साहिब कहते ने फिर गां भी बख्शिश रहेगी लोग सुखी रहेंगे पर लोग सोहेले रहेंगे आखो सतना जमपुर बादो ले सजाई जमपुर बादो ले सजाई बिन नावे जियो चल बल जाई बिन नावे जियो चल बल जाई असाड़ तपंदा तिस लगे हर नाओ ना जिन्ना पास असार तपंदा तिस लगे हर नाओ ना जिन्ना पास जियो तपत है बारो बार जियो तपत है बारो बार तप तप थपे बहुत बेकार तप तप जैतन बाणी विसर जाए जैतन बाणी विसर जाए बस साहिब ये समझाना चाहते हैं कहते जिन्नू बाणी विसर गई भजन विसर गया अमृत वेला विसर गया सत्संग विसर गया कहते ज्यों पक्का रोगी बिन लाए जिन्नू बाणी विसर गई अमृत वेला विसर गया भजन विसर गया ओए असाड़ ही चलदा पे तेरे अंदर आखो सतनाम हाड़ दा महीना ही चलदा पे तेरे अंदर चैतन बाणी विसर जाए चैतन बाणी विसर जाए ज्यों पक्का
ਪੱਕਾ ਰੋਗੀ ਬਿਲ ਲਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਅਸਾੜ ਤਪੰਦਾ ਤਿਸ ਲਗ ਹਰ ਨਾਉ ਨਾ